ਸ਼੍ਰੀਕਾਲ, ਮੇਰਾ ਨਾਮ ਪਰਮਿੰਦਰ ਕੌਰ ਹੈ। ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿੱਚ ਪੜ੍ਹਦੀ ਹਾਂ। ਮੈਨੂੰ ਡਰਾਇੰਗ ਬਣਾਉਣ ਦਾ ਬਹੁਤ ਸ਼ੌਂਕ ਹੈ। ਮੈਂ ਜਦੋਂ ਘਰ ਵਿੱਚ ਵਿਹਲੀ ਹੁੰਦੀ ਹਾਂ ਤਾਂ ਮੈਂ ਡਰਾਇੰਗ ਬਣਾਉਂਦੀ ਹਾਂ। ਮੈਨੂੰ ਡਰਾਇੰਗ ਦੇ ਨਾਲ ਨਾਲ ਪੜ੍ਹਨ, ਖੇਡਣ ਅਤੇ ਗਾਉਣ ਦਾ ਸ਼ੌਂਕ ਹੈ, ਪਰ ਮੈਨੂੰ ਡਰਾਇੰਗ ਬਹੁਤ ਪਸੰਦ ਹੈ। ਜਿੰਨੇ ਵੀ ਸਕੂਲ ਦੇ ਵਿੱਚ ਡਰਾਇੰਗ ਦੇ ਕੰਪੀਟੀਸ਼ਨ ਹੁੰਦੇ ਨੇਗੇ, ਮੈਂ ਉਹਨਾਂ ਵਿੱਚ ਪਾਰਟੀਸਪੇਟ ਕਰਦੀ ਹਾਂ। ਮੈਂ ਹਰ ਸਾਲ ਸਕੂਲ ਵਿੱਚ ਕੋਈ ਨਾ ਕੋਈ ਪੁਜੀਸ਼ਨ ਲੈ ਕੇ ਆਉਂਦੀ ਹਾਂ। ਮੈਂ ਡਰਾਇੰਗ ਦੇ ਵਿੱਚ ਇੰਨੀ ਮਗਨ ਹੋ ਜਾਂਦੀ ਹਾਂ ਕਿ ਮੈਂ ਖਾਣਾ ਪੀਣਾ ਭੁੱਲ ਜਾਂਦੀ ਹਾਂ। ਮੈਂ ਰਜਿੰਦਰ ਸਿੰਘ, ਸਕੂਲ ਇੰਚਾਰਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ। ਪਿਛਲੇ ਸਮੇਂ ਦੌਰਾਨ ਸਾਡੇ ਬੱਚੇ ਕਿਸਮੇ ਕਿਤਨਾ ਹੈ ਦਮ ਵਿੱਚ ਪਾਰਟੀਸਪੇਟ ਕੀਤਾ। ਉਹ 'ਚੋਂ ਪਹਿਲੇ ਪੁਜੀਸ਼ਨਾਂ 'ਚ ਚਾਰ ਰਾਊਂਡ ਕਲੀਅਰ ਕਰਕੇ ਸਾਡੀ ਪਰਮਿੰਦਰ ਕੌਰ ਬੱਚੀ ਪਹਿਲੀਆਂ ਪੁਜੀਸ਼ਨਾਂ 'ਚ ਆਈ ਹੈ, ਜੋ ਕਿ ਹੁਣ ਫਾਈਨਲ ਰਾਊਂਡ 'ਚ ਪਾਰਟੀਸਪੇਟ ਕਰਨ ਜਾ ਰਹੀ ਹੈ। ਪਰਮਿੰਦਰ ਕੌਰ ਜਿਹੜੀ ਕਿ 9ਵੀਂ ਦੀ ਵਿਦਿਆਰਥਣ ਹੈ, ਲਗਾਤਾਰ ਉਹ ਪਿਛਲੇ ਸਮੇਂ ਤੋਂ ਦੇਖਣ 'ਚ ਆਇਆ ਹੈ। ਜਿਹੜੇ ਵੀ ਸਾਡੇ ਸਕੂਲ 'ਚ ਕੋ ਕਰੀਕੁਲਰ ਐਕਟੀਵਿਟੀਆਂ ਹੁੰਦੀਆਂ ਨੇ, ਉਹਨਾਂ 'ਚ ਲਗਾਤਾਰ ਡਰਾਇੰਗ ਮੁਕਾਬਲਿਆਂ 'ਚ ਪਾਰਟੀਸਪੇਸ਼ਨ ਕਰਕੇ ਉਹ ਆਪਣੀ ਕਲਾ ਕਿਰਤਾਂ ਨੂੰ ਉਭਾਰਦੀ ਰਹੀ ਹੈ ਅਤੇ ਸਮੇਂ ਸਮੇਂ 'ਤੇ ਉਸਨੇ ਸਾਡੇ ਸਕੂਲ ਦਾ ਨਾਂ ਰੋਸ਼ਨ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਸਾਡੇ ਸਕੂਲ ਦਾ ਇਸੇ ਤਰ੍ਹਾਂ ਨਾਂ ਰੋਸ਼ਨ ਕਰਦੀ ਰਹੇਗੀ। ਹੁਣ ਚੌਥੇ ਰਾਊਂਡ ਤੋਂ ਫਾਈਨਲ ਪੁਜੀਸ਼ਨ 'ਚ ਪਹੁੰਚੀ ਹੈ। ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਪਰਮਿੰਦਰ ਕੌਰ ਡਰਾਇੰਗ ਮੁਕਾਬਲਿਆਂ 'ਚ ਫਸਟ ਪੁਜੀਸ਼ਨ ਲੈ ਕੇ ਅਤੇ ਪਹਿਲੀ ਪੁਜੀਸ਼ਨ 'ਤੇ ਆ ਕੇ ਸਾਡੇ ਸਕੂਲ ਦਾ, ਆਪਣੇ ਅਧਿਆਪਕਾਂ ਦਾ, ਆਪਣੇ ਮਾਪਿਆਂ ਦਾ ਅਤੇ ਸਾਡੇ ਹਲਕੇ ਦਾ ਨਾਂ ਰੋਸ਼ਨ ਕਰੇ, ਇਹ ਸਾਡੀਆਂ ਦੁਆਵਾਂ। ਮੈਂ ਅੰਜੂ ਬਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ, ਜ਼ਿਲ੍ਹਾ ਮਾਨਸਾ ਵਿੱਚ
ਬਤੌਰ ਮੈਥ ਮਿਸਟਰਸ ਕੰਮ ਕਰ ਰਹੀ ਹਾਂ। ਮੈਂ ਇਸ ਸੈਸ਼ਨ ਦੌਰਾਨ 9ਵੀਂ ਬੀ ਜਮਾਤ ਦੀ ਕਲਾਸ ਇੰਚਾਰਜ ਹਾਂ। ਮੈਨੂੰ ਇਹ ਦੱਸਦੇ ਹੋਏ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਕਲਾਸ ਦੀ ਵਿਦਿਆਰਥਣ ਪਰਵਿੰਦਰ ਕੌਰ ਪੁੱਤਰੀ ਸੁਖਵਿੰਦਰ ਸਿੰਘ, ਜਿਸ ਨੇ ਕਿਸਮੇ ਕਿਤਨਾ ਹੈ ਦਮ ਦੇ ਵਿੱਚ 4 ਰਾਊਂਡ ਕਲੀਅਰ ਕਰਕੇ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਇਹ ਬੱਚਾ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੈ। ਇਸ ਨੇ 8ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਇਸ ਬੱਚੇ ਦੀ ਸਿੰਗਿੰਗ ਅਤੇ ਡਰਾਇੰਗ ਐਂਡ ਪੇਂਟਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ। ਇਹ ਬੱਚਾ ਕਲਾਸ ਦੇ ਵਿੱਚ ਡਰਾਇੰਗ ਐਂਡ ਪੇਂਟਿੰਗ ਦੇ ਵਿੱਚ 3D ਪਿਕਚਰਸ ਵੀ ਬਣਾਉਂਦਾ ਹੈ। ਮੈਂ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੀ ਹਾਂ ਕਿ ਮੇਰੀ ਕਲਾਸ ਦਾ ਬੱਚਾ ਪਰਵਿੰਦਰ ਕੌਰ ਕਿਸਮੇ ਕਿਤਨਾ ਹੈ ਦਮ ਦੇ ਫਾਈਨਲ ਵਿੱਚ ਫਸਟ ਪੁਜੀਸ਼ਨ ਹਾਸਿਲ ਕਰਕੇ ਵਾਪਸ ਆਵੇ ਅਤੇ ਇਹ ਸਾਡੇ ਸਕੂਲ ਦਾ, ਆਪਣੇ ਮਾਪਿਆਂ ਦਾ, ਸਾਡੇ ਅਧਿਆਪਕਾਂ ਦਾ ਅਤੇ ਸਾਡੇ ਹਲਕੇ ਪੀਕੀ ਦਾ ਨਾਮ ਰੋਸ਼ਨ ਕਰੇ। ਆਪਾਂ ਕਰਾਂਗੇ ਲੰਬ ਚੱਕਰੀ ਸ਼ੰਕੂ। ਸ਼ੰਕੂ ਮੀਨਸ ਹੈ ਕੋਨ ਕੀ ਹੁੰਦਾ, ਜਿਵੇਂ ਆਪਣੇ ਕੋਲ ਕੀ ਹੈਗੀ ਇੱਕ ਬਰਥਡੇ ਕੈਪ। ਬਰਥਡੇ ਕੈਪ ਇਸਦੀ ਐਗਜ਼ਾਮਪਲ ਹੈਗੀ ਇੱਕ ਕੋਨ। ਜੋ ਇਸਦੇ ਨੀਚੇ ਸਰਕਲ ਹੈ ਉਸਦੇ ਰੇਡੀਅਸ ਨੂੰ ਕੀ ਬੋਲਦੇ ਆਪਾਂ ਆਰ, ਮਤਲਬ ਅਰਧ ਰੇਡੀਅਸ। ਜੋ ਇਸਦੀ ਆ ਤਿਰਛੀ ਉਚਾਈ ਹੈ ਉਸਨੂੰ ਆਪਾਂ ਕਦੇ ਨਾਲ ਰਿਪ੍ਰਜੈਂਟ ਕਰਦੇ ਹਾਂ, ਐਲ ਦੇ ਨਾਲ। ਐਲ ਮੀਨਸ ਤਿਰਛੀ, ਮਤਲਬ ਸਲੈਂਟ ਹਾਈਟ। ਜੋ ਆਪਣੇ ਕੋਲ ਸਿੱਧੀ ਆ ਗਈ, ਮਤਲਬ ਕੈਪ ਦਾ ਜੋ ਉੱਪਰੋਂ ਟਿਪ ਆ ਗਈ ਉਹਦੇ ਵਿੱਚ ਦੀ, ਅਗਰ ਆਪਾਂ ਇੱਕ ਸਿੱਧੀ ਲਾਈਨ ਡਰਾ ਕਰੀਏ ਤਾਂ ਉਹ ਤੁਹਾਡੇ ਕੋਲ ਕੀ ਹੋ ਗਈ, ਉਸਦੀ ਉਚਾਈ ਹਾਈਟ। ਸਿੰਪਲ ਉਸਨੂੰ ਆਪਾਂ ਕੀ ਬੋਲਾਂਗੇ, ਹਾਈਟ। ਅਗਰ ਤੁਹਾਨੂੰ ਦੋ ਚੀਜ਼ਾਂ ਗਿਵਨ ਹੈ, ਮਤਲਬ ਆਰ ਐਚ ਅਤੇ ਐਲ ਦੇ ਵਿੱਚੋਂ, ਤਾਂ ਤੁਸੀਂ ਤੀਸਰੀ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹੋ ਉਹ ਕਿਹੜਾ ਰਿਲੇਸ਼ਨ, ਆਪਾਂ ਕਿਹੜਾ ਫਾਰਮੂਲਾ ਯੂਜ ਕਰਦੇ ਹਾਂ। ਐਲ ਸਕੁਅਰ ਇਜ਼ ਇਕੁਅਲ ਟੂ ਆਰ ਸਕੁਅਰ ਪਲੱਸ ਐਚ ਸਕੁਅਰ, ਮਤਲਬ ਜੋ ਸਲੈਂਟ ਹਾਈਟ ਹੈ ਤਿਰਛੀ ਉਚਾਈ ਦਾ ਵਰ ਉਹ ਕਿਹਦੇ ਬਰਾਬਰ ਹੈ, ਆਰ ਸਕੁਅਰ ਮਤਲਬ ਪਲੱਸ ਐਚ ਸਕੁਅਰ ਦਾ ਸਕੁਅਰ। ਹੁਣ ਆਪਣੇ ਕੋਲ ਕੀ ਹੈ ਰਜੇ, ਕੋਨ ਦਾ ਸ਼ੰਕੂ ਦਾ ਆਪਾਂ ਆਇਤਨ ਕੱਢਣਾ ਵਾ, ਉਸਦਾ ਫਾਰਮੂਲਾ ਵਾ ਸ਼ੰਕੂ ਦਾ ਆਇਤਨ ਮੀਨਸ ਵਾਲਿਊਮ ਆਫ ਕੋਨ, ਉਸਦਾ ਕੀ ਫਾਰਮੂਲਾ, 1/3 ਪਾਈ ਆਰ ਸਕੁਅਰ ਐਚ। Thank you.
ਮੈਂ ਘਰ ਦੇ ਵਿੱਚ ਗਮਲਿਆਂ, ਪਾਣੀ ਦੀ ਟੈਂਕੀ ਅਤੇ ਕੰਧਾਂ ਵਗੈਰਾ 'ਤੇ ਵੀ ਡਰਾਇੰਗ ਕਰਦੀ ਰਹਿੰਦੀ ਹਾਂ, ਜਿਸ ਕਾਰਨ ਮੈਨੂੰ ਘਰ ਵਿੱਚ ਝਿੜਕਾਂ ਵੀ ਪੈਂਦੀਆਂ ਨੇ, ਪਰ ਮੈਂ ਡਰਾਇੰਗ ਕਰਨ ਤੋਂ ਰੁਕਦੀ ਨਹੀਂ। ਮੈਂ ਮੋਬਾਈਲ ਤੋਂ ਡਰਾਇੰਗ ਦੇਖ ਕੇ ਵੀ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਨਵੀਆਂ ਨਵੀਆਂ ਚੀਜ਼ਾਂ ਸਿੱਖਦੀ ਹਾਂ। ਮੈਂ ਘਰ ਦੇ ਕੰਮ ਵੀ ਕਰਦੀ ਹਾਂ। ਜਦੋਂ ਮੇਰੇ ਮੰਮਾ ਬਾਹਰ ਜਾਂਦੇ ਆ ਤਾਂ ਮੈਂ ਮੇਰੇ ਭਾਈ ਭੈਣ ਨੂੰ ਵੀ ਸੰਭਾਲ ਲੈਂਦੀ ਹਾਂ ਅਤੇ ਮੈਂ ਘਰ ਦਾ ਕੰਮ ਵੀ ਕਰਦੀ ਹਾਂ। ਰਸੋਈ 'ਚ ਵੀ ਮੰਮਾ ਨਾਲ ਹੈਲਪ ਕਰਾਉਂਦੀ ਹਾਂ। ਮੈਂ ਬਰਤਨ ਵਗੈਰਾ ਵੀ ਸਾਫ਼ ਕਰ ਲੈਂਦੀ ਹਾਂ, ਰੋਟੀ ਵਗੈਰਾ ਵੀ ਬਣਾ ਲੈਂਦੀ ਹਾਂ, ਸਬਜ਼ੀ ਬਣਾ ਲੈਂਦੀ ਹਾਂ। ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਪਰ ਮੇਰੇ ਮੰਮੀ ਪਾਪਾ ਨੇ ਮੇਰੀ ਹਰੇਕ ਡਿਮਾਂਡ ਪੂਰੀ ਕੀਤੀ ਹੈ ਅਤੇ ਜਿਸ ਦੀ ਬਦੌਲਤ ਮੈਂ ਉਰੇ ਤੱਕ ਪਹੁੰਚੀ ਹਾਂ, ਇਸ ਕਾਰਨ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ।
ਸ਼੍ਰੀਕਾਲ ਜੀ, ਮੇਰਾ ਨਾਮ ਸੁਖਵਿੰਦਰ ਸਿੰਘ, ਪਿੰਡ ਭੀਖੀ ਰਹਿਣ ਵਾਲਾ, ਜ਼ਿਲ੍ਹਾ ਮਾਨਸਾ ਜੀ। ਪਰਵਿੰਦਰ ਕੌਰ ਮੇਰੀ ਗੁੜੀ ਆਈ ਅਤੇ ਡਰਾਇੰਗ ਬਹੁਤ ਵਧੀਆ ਬਣਾਉਂਦੇ ਜੀ। ਇਹ ਘਰ ਡਰਾਇੰਗ ਕਰਦੇ ਰਹਿੰਦੇ ਸੀਗੇ ਜੀ, ਬੱਚੇ ਕੰਧਾਂ ਦੇ ਉੱਪਰ ਵੀ ਅਤੇ ਗਮਲਿਆਂ 'ਤੇ ਬਣਾਉਂਦੇ ਰਹਿੰਦੇ ਸੀਗੇ ਜੀ। ਡਰਾਇੰਗ ਪਹਿਲਾਂ ਅਸੀਂ ਇੰਨਾ ਧਿਆਨ ਨਹੀਂ ਦਿੱਤਾ ਇਹਦੇ ਵੱਲ, ਅਤੇ ਜਦ KKH ਦੀ ਟੀਮ ਆਈ ਜੀ, ਸਾਨੂੰ ਉਹਦੇ ਮਤਲਬ ਜ਼ਿਆਦਾ ਇਹਦੇ ਵੱਲ ਧਿਆਨ ਦਿੱਤਾ ਜੀ। ਗੁੜੀਆ ਵੱਲ ਘਰ ਜਦ ਕੋਈ ਆਉਂਦਾ ਕਰਦਾ ਤਾਂ ਇੱਜ਼ਤ ਬਹੁਤ ਕਰਦੇ, ਬੱਚੀ ਬਹੁਤ ਸਿਆਣੀ ਹੈ ਜੀ। ਟੀਚਰ ਮੰਨ ਲਓ ਵੀ ਬਹੁਤ ਵਧੀਆ ਹੈਲਪ ਕਰਦੇ, ਟੀਚਰ ਵੀ ਦੱਸਦੇ ਸਾਨੂੰ ਵੀ ਬਹੁਤ ਵਧੀਆ ਬੱਚਾ ਪੜ੍ਹਾਈ 'ਚ ਸਿਹਾਰੇ, ਸਾਨੂੰ ਮੰਨ ਲਓ ਮਾਣ ਕਰਵਾਉਂਦਾ ਇਹਦੇ ਬੱਚੇ 'ਤੇ। ਜਿੰਨੇ ਮਤਲਬ ਕੰਪੀਟੀਸ਼ਨ ਹੁੰਦੇ ਆ ਕੋਈ ਵਗੈਰਾ, ਅਤੇ ਨਾਮ ਜਿੱਤ ਕੇ ਆਉਂਦਾ ਜੀ ਬੱਚਾ, ਸਾਨੂੰ ਦੱਸਦੇ, ਸਾਨੂੰ ਖੁਸ਼ੀ ਬਹੁਤ ਮਹਿਸੂਸ ਹੁੰਦੀ ਹੈ। KKH ਦੀ ਦੇ ਚਾਰ ਰਾਊਂਡ ਇਹਨੇ ਅੱਗੇ ਪਾਰ ਕਰ ਚੁੱਕਿਆ ਜੀ ਬੱਚਾ, ਅਤੇ ਪੰਜਵਾਂ ਰਹਿੰਦਾ ਜੀ। ਅਸੀਂ ਇਹੀ ਅਰਦਾਸ ਕਰਦੇ ਹਾਂ ਰੱਬ ਅੱਗੇ ਵੀ ਪੰਜਵਾਂ ਵੀ ਜਿੱਤ ਕੇ ਆਵੇ ਜੀ, ਇਹ ਪਰਿਵਾਰ ਦਾ ਨਾਮ ਰੌਸ਼ਨ ਕਰੇ ਜੀ ਬੱਚਾ, ਸਾਨੂੰ ਰੱਬ ਅੱਗੇ ਇਹੀ ਅਰਦਾਸ ਹੈ।
ਮੈਂ ਭਿੱਖੀ ਦੇ ਰਹਿਣ ਵਾਲੀ ਹਾਂ ਜੀ। ਮੇਰੀ ਬੇਟੀ ਪਰਮਿੰਦਰ ਕੌਰ ਬਹੁਤ ਹੀ ਵਧੀਆ ਪੇਂਟਿੰਗ ਬਣਾਉਂਦੀ ਹੈ ਜੀ ਡਰਾਇੰਗ ਦੇ ਵਿੱਚ। ਇਹ ਬਹੁਤ ਚੰਗੀ ਤਰ੍ਹਾਂ ਬਣਾ ਲੈਂਦੀ ਹੈ ਜੀ। ਘਰ ਵੀ ਬਣਾਉਂਦੀ ਰਹਿੰਦੀ ਆ, ਟੈਂਕੀ 'ਤੇ ਵਗੈਰਾ, ਗਮਲਿਆਂ 'ਤੇ ਵਗੈਰਾ, ਸਾਰੇ ਕਿਤੇ ਬਣਾਉਂਦੀ ਰਹਿੰਦੀ ਆ। ਅਤੇ ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਹੈ ਜੀ, ਸਕੂਲ 'ਚ ਵੀ ਬਹੁਤ ਵਧੀਆ ਪੜ੍ਹਦੀ ਹੈ ਜੀ। ਮੈਡਮ ਟੀਚਰ ਬਹੁਤ ਵਧੀਆ ਇਹਨੂੰ ਸਪੋਰਟ ਕਰਦੇ ਆ, ਉਹ ਵੀ ਦੱਸਦੇ ਆ ਸਾਨੂੰ ਵੀ ਬਹੁਤ ਵਧੀਆ ਪੜ੍ਹਦੀ ਹੈ ਜੀ। ਅਤੇ ਬਹੁਤ ਇਨਾਮ ਵੀ ਜਿੱਤ ਕੇ ਲੈ ਕੇ ਆਉਂਦੀ ਆ, ਕੰਪੀਟੀਸ਼ਨ 'ਚ ਵੀ ਜਾਂਦੀ ਆ। ਬਹੁਤ ਸਾਨੂੰ ਗਰਵ ਮਹਿਸੂਸ ਹੁੰਦਾ ਜੀ ਇਹਦੇ ਬੱਚੇ 'ਤੇ। ਬਹੁਤ ਲਾਡਲੀ ਬੇਟੀ ਹੈ ਸਾਡੀ, ਵੱਡੀ ਬੇਟੀ ਹੈ ਇਹ, ਤਿੰਨ ਬੱਚੇ ਨੇ ਮੇਰੇ, ਇਹ ਸਭ ਤੋਂ ਪਹਿਲੀ ਬੇਟੀ ਹੈ ਜੀ ਮੇਰੀ। ਘਰ ਦੇ ਵਿੱਚ ਵੀ ਮੇਰੇ ਨਾਲ ਕੰਮ ਕਰਵਾਉਂਦੀ ਹੈ ਜੀ। ਡਰਾਇੰਗ ਦਾ ਸਾਨੂੰ ਉਦੋਂ ਪਤਾ ਲੱਗਿਆ ਜੀ ਜਦੋਂ KKH ਦੀ ਟੀਮ ਸਾਡੇ ਇਹਨਾਂ ਦੇ ਸਕੂਲ ਵਿੱਚ ਆਈ, ਅਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਟੀਮ ਆਈ ਸੀਗੀ ਮੰਮਾ, ਅਤੇ ਅਸੀਂ ਨੇ ਫਿਰ ਉਹਦੇ ਵਿੱਚੋਂ ਇਹਨਾਂ ਨੂੰ ਨਾਮ ਲਿਖਵਾਇਆ। ਅਤੇ ਇਹ ਬਹੁਤ ਵਧੀਆ ਉੱਥੇ ਵੀ ਬਣਾ ਕੇ ਆਈ ਹੈ ਡਰਾਇੰਗ, ਅਤੇ ਉਹ 400 ਗ੍ਰਾਮ ਪਾਰ ਹੁਣ ਪੰਜਵਾਂ ਆਈ। ਪੰਜਵੀਂ ਵਿੱਚ ਵੀ ਅਸੀਂ ਇਹੀ ਮਾਲਕ ਅੱਗੇ ਅਰਦਾਸ ਕਰਦੇ ਹਾਂ ਵੀ ਸਾਡਾ ਬੱਚਾ ਜਿੱਤ ਕੇ ਆਵੇ, ਸਾਡਾ ਨਾਮ ਰੌਸ਼ਨ ਕਰੇ ਸ਼ਹਿਰ ਦਾ, ਪਿੰਡ ਭਿੱਖੀ ਦਾ, ਅਤੇ ਸਕੂਲ ਦਾ, ਟੀਚਰਾਂ ਦਾ ਵੀ ਨਾਮ ਰੌਸ਼ਨ ਕਰੇ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ, ਪਿੰਡ ਮੇਰਾ ਹੀਰੋਂਗਲਾਂ ਜੀ। ਪਰਵਿੰਦਰ ਕੌਰ ਸਾਡੀ ਭਾਣ ਜੀ ਹੈ, ਇਹ ਬਹੁਤ ਵਧੀਆ ਡਰਾਇੰਗ ਬਣਾਉਂਦੀ ਹੈ। ਜਦੋਂ ਵੀ ਅਸੀਂ ਆਉਣਾ ਸਾਡੀ ਬਹੁਤ ਜ਼ਿਆਦਾ ਇੱਜ਼ਤ ਕਰਦੀ ਹੈ। ਜਦੋਂ ਅਸੀਂ ਆਉਣਾ ਇਹ ਕਿਤੇ ਕੰਧਾਂ 'ਤੇ ਕਿਤੇ ਇਹ ਡਰਾਇੰਗ ਬਣਾਉਂਦੀ ਰਹਿੰਦੀ ਹੈ। ਸਾਨੂੰ ਹੁਣ ਪਤਾ ਲੱਗਿਆ ਜਦੋਂ ਸਕੂਲ ਦੇ ਵਿੱਚ ਉਹਨੇ ਟੀਚਰਾਂ ਦੱਸਿਆ ਵੀ ਇੱਕ ਤੁਹਾਡੀ ਕੁੜੀ ਬਹੁਤ ਹੋਣਹਾਰ ਹੈ, KKHD ਦੇ ਵਿੱਚ ਹਿੱਸਾ ਲਿਆ ਅਤੇ KKHD ਨੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ 4 ਰਾਊਂਡ ਜਿੱਤ ਚੁੱਕੀ ਹੈ, 5ਵੇਂ ਰਾਊਂਡ ਦੇ ਵਿੱਚ ਇਹਨੇ ਭਾਗ ਲੈਣਾ ਹੈ। ਪਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਕਰਦੇ ਸਾਡੀ ਬੱਚੀ ਸਾਡੇ ਭੀਖੀ ਸ਼ਹਿਰ ਦਾ ਅਤੇ ਮਾਨਸਾ ਦਾ ਨਾਂ ਰੋਸ਼ਨ ਕਰੇ ਅਤੇ ਸਾਨੂੰ ਬਹੁਤ ਇਹ 'ਤੇ ਮਾਣ ਹੈ। ਜਦੋਂ ਸਾਡੇ ਪਿੰਡ ਜਾਂਦੀ ਹੈ ਜੀ, ਇਹਨੇ ਮੇਰੇ ਬੇਟੇ ਦੀ ਬਹੁਤ ਸੋਹਣੀ ਤਸਵੀਰ ਬਣਾਈ, ਉਹ ਸਾਡੇ ਪਿੰਡ ਹੀਰੋਂਗਲਾਂ ਲੱਗੀ ਹੋਈ ਹੈ ਜੀ। ਅਤੇ ਜਦੋਂ ਸਾਡੇ ਪਿੰਡ ਜਾਂਦੀ ਹੈ ਤਾਂ ਸਾਡੀ ਬਹੁਤ ਜ਼ਿਆਦਾ ਇੱਜ਼ਤ ਕਰਦੀ ਹੈ ਸਾਡਾ ਵਧੀਆ। ਬਸ ਇਹਨਾਂ ਸਾਰਿਆਂ ਦਾ ਪੜ੍ਹਾਈ ਅਤੇ ਡਰਾਇੰਗ ਨਹੀਂ ਧਿਆਨ ਹੈ ਜੀ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਇਹ ਜਿੱਤ ਕੇ ਆਵੇ, 5ਵਾਂ ਰਾਊਂਡ ਹਾਸਿਲ ਕਰੇ ਅਤੇ ਸਾਡੇ ਭੀਖੀ ਸ਼ਹਿਰ ਦਾ ਅਤੇ ਮਾਨਸਾ ਦਾ ਨਾਂ ਰੋਸ਼ਨ ਹੋਵੇ। ਥੈਂਕ ਯੂ ਜੀ। ਸਾਡੇ ਜੀ ਬੱਚੇ ਪੋਤਰੀ ਮੇਰੇ ਬਹੁਤ ਸਿਆਣੇ ਹੈ ਜੀ, ਬਹੁਤ ਵਧੀਆ ਪੜ੍ਹਾਈ ਕਰਦੀ ਹੈ, ਬਹੁਤ ਵਧੀਆ ਜੀ ਡਰਾਇੰਗਾਂ ਬਣਾਉਂਦੀ ਹੈ, ਬਹੁਤ ਸਾਡੀ ਸੇਵਾ ਕਰਦੀ ਹੈ, ਦਵਾਈ ਬੂਟੀ ਦੀ ਸਾਡੀ ਪੂਰੀ ਗੌਰ ਰੱਖਦੀ ਹੈ ਜੀ, ਚਾਹ ਪਾਣੀ ਉਹਦੀ ਕਰਾਉਂਦੀ ਹੈ, ਸਾਨੂੰ ਬੈਠਿਆਂ ਨੂੰ ਬਹੁਤ ਧਿਆਨ ਰੱਖਦੀ ਹੈ, ਸਾਡੀ ਦਵਾਈ ਬੂਟੀ ਬਹੁਤ ਵਧੀਆ ਪੜਾਉਂਦੀ ਹੈ, ਸਾਨੂੰ ਕਰਵਾਉਂਦੀ ਹੈ, ਚਾਹ ਪਾਣੀ ਵੀ ਪੂਰਾ ਗੌਰ ਨਾਲ ਕਰਾਉਂਦੀ ਹੈ ਅਤੇ ਡਰਾਇੰਗਾਂ ਕਰਨੀ ਵੀ ਬਹੁਤ ਧਿਆਨ ਰੱਖਦੀ ਹੈ, ਨਹਿਰੇ 'ਤੇ ਕਈ ਬੈਠੀ ਰਹਿੰਦੀ ਹੈ, ਪੜ੍ਹਨ ਨੂੰ ਵੀ ਜੀ ਜਿੰਨੀ ਪੜ੍ਹਾਈ ਹੈ ਬੈਠੀ ਪੜ੍ਹੀ ਜਾਂਦੀ ਹੈ, ਨਹਿਰੇ 'ਤੇ ਘਰ ਦਾ ਵੀ ਕੰਮ ਸਾਰਾ ਬਣਾਉਂਦੀ ਹੈ ਜੀ, ਚਾਹ ਪਾਣੀ ਰੋਟੀ ਬਣਾਉਂਦੀ ਹੈ, ਸਾਰਾ ਕੰਮ ਕਰਦੀ ਹੈ। ਅਸੀਂ ਜੀ ਦੁਬਾਰੇ ਅਰਦਾਸ ਕਰਦੇ ਹਾਂ
ਮੇਰੀ ਪੋਤੀ ਜਿੱਤ ਕੇ ਆ ਗਈ। ਸਾਨੂੰ ਸੁਖੀ ਬਣਾ ਰਿਹਾ ਹੈ। ਵਰਤਮਾਨ ਸਮੇਂ ਵਿੱਚ ਭਾਵੇਂ ਵਿਗਿਆਨ ਨੇ ਸਾਨੂੰ ਮਨੋਰੰਜਨ ਦੇ ਬਹੁਤ ਵਧੀਆ ਵਧੀਆ ਸਾਧਨ ਮੁਹੱਈਆ ਕੀਤੇ ਹਨ, ਪਰ ਟੈਲੀਵਿਜ਼ਨ ਇੱਕ ਅਜਿਹਾ ਸਾਧਨ ਹੈ ਜਿਸਨੇ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਇਨਕਲਾਬ ਜਿਹਾ ਲੈ ਆਂਦਾ ਹੈ। ਟੈਲੀਵਿਜ਼ਨ ਦੀ ਕਾਰਧਾਰੀ 1976 ਈਸਵੀ ਵਿੱਚ ਕੱਢੀ ਗਈ। ਪਹਿਲਾਂ ਤਸਵੀਰਾਂ ਕੁਝ ਧੁੰਦਲੀਆਂ ਜਿਹੀਆਂ ਆਉਂਦੀਆਂ ਸਨ, ਹੌਲੀ ਹੌਲੀ ਵਿਗਿਆਨ ਨੇ ਤਬਦੀਲੀਆਂ ਕਰਕੇ ਇਸਨੂੰ ਦਿਲ ਪਰਚਾਵੇ ਦਾ ਵਧੀਆ ਸਾਧਨ ਬਣਾ ਦਿੱਤਾ ਹੈ। ਇਸਦੇ ਬਹੁਤ ਸਾਰੇ ਲਾਭ ਹਨ, ਜਿਵੇਂ ਕਿ ਮਨੋਰੰਜਨ ਦਾ ਸਾਧਨ, ਇਸ ਵਿੱਚ ਕੋਈ ਸ਼ੱਕ ਨਹੀਂ। ਜੇ ਕਹਿ ਲਈਏ ਕਿ ਟੈਲੀਵਿਜ਼ਨ ਸਾਡੇ ਜੀਵਨ ਦੀ ਰੂਹ ਦੀ ਖੁਰਾਕ ਹੈ ਤਾਂ ਗਲਤ ਨਹੀਂ ਹੋਵੇਗਾ। ਇਸ ਦੁਆਰਾ ਅਸੀਂ ਫਿਲਮਾਂ, ਨਾਚ ਗਾਣੇ ਅਤੇ ਨਾਟਕਾਂ ਦਾ ਘਰ ਬੈਠੇ ਹੀ ਆਨੰਦ ਮਾਣਦੇ ਹਾਂ। ਦਿਲ ਭਰ ਦਾ ਥਕੇਵਾਂ ਟੈਲੀਵਿਜ਼ਨ ਅਤੇ ਪ੍ਰੋਗਰਾਮ ਦੇਖ ਕੇ ਉੱਡ ਜਾਂਦਾ ਹੈ। ਆਮ ਵਾਕਫੀਅਤ ਵਿੱਚ ਵਾਧਾ, ਇਸ ਦੁਆਰਾ ਬੰਦੇ ਦੀ ਆਮ ਵਾਕਫੀਅਤ ਵਿੱਚ ਬਹੁਤ ਵਾਧਾ ਹੁੰਦਾ ਹੈ। ਵਿਦਵਾਨਾਂ ਦੇ ਭਾਸ਼ਣ, ਮੁਲਾਕਾਤਾਂ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ। ਹਰ ਖੇਤਰ ਦਾ ਆਦਮੀ ਸਿਨੇਮਾ ਤੋਂ ਲਾਭ ਉਠਾਉਂਦਾ ਹੈ, ਜਿਵੇਂ ਕਿਸਾਨ, ਖੇਤੀਬਾੜੀ, ਵਪਾਰੀ, ਵਪਾਰਕ, ਜਾਣਕਾਰੀ ਅਤੇ ਉਦਯੋਗਪਤੀ ਆਪਣੇ ਉਦਯੋਗ ਨੂੰ ਵਧਾਉਣ ਲਈ ਲਾਭ ਉਠਾਉਂਦਾ ਹੈ। ਖੇਡਾਂ ਦਾ ਸਿੱਧਾ ਪ੍ਰਸਾਰਨ ਤਾਂ ਵਿਅਕਤੀ ਨੂੰ ਟੈਲੀਵਿਜ਼ਨ ਦੇ ਕੋਲੋਂ ਉੱਠਣੇ ਹੀ ਨਹੀਂ ਦਿੰਦਾ। ਟੈਲੀਵਿਜ਼ਨ ਦੁਆਰਾ ਇੱਕ ਅਨਪੜ੍ਹ ਵਿਅਕਤੀ ਵੀ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦਾ ਹੈ। ਰੁਜ਼ਗਾਰ ਦਾ ਚੰਗਾ ਸਾਧਨ, ਥੈਂਕ ਯੂ।
ਭੈਣ ਹੈ ਮਨਦੀਪ ਕੌਰ, ਇਹ ਮੇਰਾ ਬ੍ਰਦਰ ਹੈ ਸਾਹਿਲਦੀਪ ਸਿੰਘ, ਅਤੇ ਇਹ ਮੇਰੀ ਕਜ਼ਨ ਹੈ ਵਿਸ਼ਵ ਕੌਰ। ਅਸੀਂ ਇਕੱਠੇ ਡਰਾਇੰਗ ਕਰਦੇ ਹਾਂ ਅਤੇ ਇਹਨਾਂ ਨੂੰ ਜੇ ਕੋਈ ਪੜ੍ਹਾਈ ਵਿੱਚ ਦਿੱਕਤ ਆਉਂਦੀ ਹੈ ਤਾਂ ਮੈਂ ਇਹਨਾਂ ਦੀ ਮਦਦ ਕਰਦੀ ਹਾਂ। ਅਸੀਂ ਸਾਰੇ ਪਿਆਰ ਨਾਲ ਰਹਿੰਦੇ ਹਾਂ, ਅਸੀਂ ਇਕੱਠੇ ਖੇਡਦੇ ਹਾਂ ਅਤੇ ਸ਼ਰਾਰਤਾਂ ਵੀ ਕਰਦੇ ਹਾਂ, ਸਾਡਾ ਆਪਸ ਵਿੱਚ ਪਿਆਰ ਵੀ ਬਹੁਤ ਆ। ਸਾਡੇ ਸਕੂਲ ਵਿੱਚ ਕੇ ਕੇ ਐਚ ਰੀ ਦੀ ਟੀਮ ਆਈ, ਉਹਨਾਂ ਨੇ ਕਿਹਾ ਕਿ ਜਿਸ ਵੀ ਬੱਚੇ ਵਿੱਚ ਕੋਈ ਟੈਲੈਂਟ ਹੈ ਉਹ ਫੋਰਮ ਭਰ ਸਕਦਾ ਹੈ। ਇਸ ਲਈ ਮੈਂ ਡਰਾਇੰਗ ਵਿੱਚ ਫੋਰਮ ਭਰਿਆ। ਮੈਂ ਪਹਿਲੇ ਚਾਰ ਰਾਊਂਡ ਕਲੀਅਰ ਕਰਕੇ ਗ੍ਰੈਂਡ ਫਿਨਾਲੇ ਵਿੱਚ ਪਹੁੰਚ ਚੁੱਕੀ ਹਾਂ। ਮੇਰਾ ਪਹਿਲਾ ਅਤੇ ਦੂਸਰਾ ਰਾਊਂਡ ਭੇਖੀ ਵਿੱਚ ਹੋਇਆ, ਤੀਸਰਾ ਹੰਡਿਆਏ ਅਤੇ ਚੌਥਾ ਰਾਏਕੋਟ ਵਿੱਚ ਹੋਇਆ, ਅਤੇ ਹੁਣ ਮੈਂ ਗ੍ਰੈਂਡ ਫਿਨਾਲੇ ਵਿੱਚ ਪਹੁੰਚ ਚੁੱਕੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਫਾਈਨਲ ਰਾਊਂਡ ਵੀ ਜਿੱਤ ਕੇ ਆਵਾਂਗੀ, ਆਪਦੇ ਮਾਂ ਬਾਪ ਦਾ, ਸਕੂਲ ਦਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਾਂ।
ਮੈਂ ਵਰੁਣ ਬਾਂਸਲ ਸਰ ਅਤੇ KKHOD ਟੀਮ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦਾ ਟੈਲੈਂਟ ਦੇ ਸਾਹਮਣੇ ਲਿਆਉਣ ਲਈ ਵਧੀਆ ਪਲੇਟਫਾਰਮ ਬਣਾਇਆ। ਥੈਂਕਸ KKHOD।